कमिश्नरेट पुलिस अमृतसर वालों लगातार जिहड़ी मुहिम जारी है। कल भी आपां बड़ी वड्डी कमर्शियल क्वांटिटी की रिकवरी की है। एक होर जिहड़ा ड्रग दे अगेंस्ट ऑपरेशन दे विच सानूं बड़ी वड्डी कामयाबी मिली है। इक असी दो ड्रग स्मगलर फड़े है, 4.5 किलो हीरोइन ते 3.32 हज़ार रुपए जिहड़े आ 3,32,000 रुपए बरामद किए ड्रग मनी, एक मोटरसाइकिल ते इक एक्टिवा। इहदे जिहड़ी मेन गल सामने आई है कि वड्डी खेप जिहड़ी इह बंदे लिया के मुड़ के डिस्ट्रीब्यूट करदे सीगे। जिहड़े दो मुलज़म है इहदे च मेन जिहड़े फड़े गए आकाशदीप सिंह ते सतिंदरपाल सिंह, दोनों ब्रदर ने। ਇਹ ਜਿਹੜੇ ਨਿਸ਼ਾਨ ਸਿੰਘ ਦੇ ਬੇਟੇ ਆ ਤਰੇਕਾਂ ਵਾਲੀ, ਜਿਹੜਾ ਹਰਗੋਬਿੰਦਪੁਰਾ ਨੇੜੇ ਡੇਰਾ ਰਾਧਾ ਸਵਾਮੀ ਛਾਟਾ ਅੰਮ੍ਰਿਤਸਰ ਦੇ ਆ ਦੋਵੇਂ। ਜਿਹੜੀ ਬੜੀ ਇੰਪੋਰਟੈਂਟ ਗੱਲ ਇਹਦੇ 'ਚ ਆਈ ਹੈ, ਜਿਸ 'ਚ ਅਸੀਂ ਇੱਕ ਹੋਰ ਅੱਗੇ 'ਚ ਕਾਮਯਾਬੀ ਹਾਸਲ ਕੀਤੀ ਹੈ ਪੁਲਿਸ ਨੇ, ਇਹ ਸਾਰਾ ਜਿਹੜਾ ਓਪਰੇਸ਼ਨ ਹੈ ਉਹ ਸਾਡੇ ਦੋਨੋਂ DCP ਸਾਹਿਬਾਨ ਅਭਿਮਨਿਊ ਰਾਣਾ ਜੀ, ਹਰਪ੍ਰੀਤ ਮੰਡੇਰ ਜੀ, ਬਿੰਦਰ ਜੀ ਤੇ ਨਾਲ ਸ਼ਿਵਦਰਸ਼ਨ ਜੀ ਸਾਡੇ ਜਿਹੜੇ ACP ਵੈਸਟ ਹੈ, ਇਹਨਾਂ ਦੀ ਤਸਦੀਕ ਦੇ ਵਿੱਚ ਸਾਰੀ ਰਿਕਵਰੀ ਹੋਈ ਹੈ। ਸੋ ਇਹਦੇ 'ਚ ਇੱਕ ਬੰਦਾ ਅਸੀਂ ਹੋਰ ਫੜਿਆ ਅਕਿਊਜ਼, ਜਿਹੜਾ ਕਿ ਜੇਲ੍ਹ ਵਾਰਡਨ ਹੈ, ਗੁਰਮੇਜ ਸਿੰਘ ਏਲੀਆ ਪੁੱਤਰ ਮਹਿਲ ਸਿੰਘ, ਕੋਟ ਸੁਧਾਰ ਖਾਂ, ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ, ਉੱਥੋਂ ਦਾ ਰਹਿਣ ਵਾਲਾ ਹੈ, ਅੰਮ੍ਰਿਤਸਰ ਜੇਲ੍ਹ ਦੇ ਵਿੱਚ ਵਾਰਡਨ ਦਾ ਕੰਮ ਕਰਦਾ ਹੈ। ਤੇ ਇਹ ਜਿਹੜੀ ਗੱਲ ਬੜੀ ਇੰਪੋਰਟੈਂਟ ਇਹਦੇ 'ਚ ਆਈ ਹੈ ਕਿ ਇਹ ਬੰਦੇ ਜਿਹੜੇ ਦੋਨੋਂ ਸਮਗਲਰ ਨੇ, ਇਹ ਲਿਆ ਕੇ ਵੱਖ ਵੱਖ ਕਲਾਇੰਟਸ ਨੂੰ ਦਿੰਦੇ ਸੀ ਤੇ ਇਸ ਬੰਦੇ ਰਾਹੀਂ ਵੀ ਜੇਲ੍ਹ ਦੇ ਅੰਦਰ ਇਹ ਜਿਹੜਾ ਡਰੱਗ ਜਿਹੜੀ ਉਹ ਸਮਗਲ ਕੀਤੀ ਜਾਂਦੀ ਸੀ, ਕਿਉਂਕਿ ਵਾਰਡਨ ਸੀ ਗੁਰਮੇਜ ਸਿੰਘ। ਔਰ ਇਹਦੇ 'ਚ ਜਿਹੜੀ ਬੈਕਗਰਾਊਂਡ ਆਈ ਹੈ ਉਹ ਇੱਕ ਬੜਾ ਮੇਨ ਸਮਗਲਰ ਆਲਰੇਡੀ ਜੇਲ੍ਹ ਦੇ ਵਿੱਚ ਬੰਦ ਹੈ, ਦਰਸ਼ਨ ਸਿੰਘ ਏਲੀਅਸ ਗੁੱਚੀ, ਇਹ ਰਣਗੜ੍ਹ ਦਾ ਰਹਿਣ ਵਾਲਾ ਹੈ, ਪਿੰਡ ਰਣਗੜ੍ਹ ਡਿਸਟ੍ਰਿਕਟ ਅੰਮ੍ਰਿਤਸਰ ਦਾ। ਇਹ ਬੰਦਾ ਸਾਰੀ ਇਹ ਜਿਹੜੀ ਨੈਟਵਰਕ ਚਲਾ ਰਿਹਾ ਸੀ ਜੇਲ੍ਹ 'ਚੋਂ ਬੈਠ ਕੇ। ਔਰ ਜਿਹੜਾ ਇਹ ਗੁਰਮੇਜ ਸਿੰਘ ਹੈ, ਇਹ ਉਹਦਾ ਅੱਗੇ ਉਹਦੇ ਵਾਸਤੇ ਕੰਮ ਕਰ ਰਿਹਾ ਸੀ, ਇਹਨੂੰ ਵੀ ਕੱਲ੍ਹ ਅਸੀਂ ਗ੍ਰਿਫਤਾਰ ਕੀਤਾ। ਅਤੇ ਜਿਹੜੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਜਿਹੜੇ ਆਕਾਸ਼ਦੀਪ ਹੈ ਇਹਦੇ ਖਿਲਾਫ ਵੀ ਇੱਕ ਮੁਕੱਦਮਾ ਪਹਿਲਾਂ ਥਾਣਾ ਛੇਹਰਟਾ ਦਾ NDPS ਐਕਟ ਦਾ ਦਰਜ ਹੈ। ਸਤਿੰਦਰਪਾਲ ਦੇ ਖਿਲਾਫ 3 ਮੁਕੱਦਮੇ ਨੇ, 2 ਹੈਗੇ ਸਨੈਚਿੰਗ ਦੇ, 1 NDPS ਐਕਟ ਦਾ। ਅਤੇ ਜਿਹੜਾ ਜੇਲ੍ਹ ਦੇ ਵਿੱਚ ਕ੍ਰਿਮੀਨਲ ਆਲਰੇਡੀ ਲਾਇਡ ਹੈਗਾ ਉਹਦੇ ਖਿਲਾਫ 2 ਮੁਕੱਦਮੇ ਨੇ, ਆਰਮਜ਼ ਐਕਟ ਅਤੇ NDPS ਦਾ ਮੇਨ ਮੁਕੱਦਮਾ ਹੈ, ਔਰ ਦੂਜਾ ਉਹਦੇ 'ਚ ਇੱਕ ਫੋਰਜਰੀ ਅਤੇ ਚੀਟਿੰਗ ਦਾ ਮੁਕੱਦਮਾ ਹੈ ਟਾਂਡੇ ਦੇ ਵਿੱਚ, ਜ਼ਿਲ੍ਹਾ ਹੁਸ਼ਿਆਰਪੁਰ 'ਚ। ਸੋ ਇਹਦੀ ਇਹਨੂੰ ਵੀ ਅਸੀਂ ਹੁਣ ਪ੍ਰੋਡਕਸ਼ਨ ਬੰਡ 'ਤੇ ਲੈ ਕੇ ਆਵਾਂਗੇ। ਜੇ ਆਪਾਂ ਇਹਨਾਂ ਦੀ ਬੈਕਗਰਾਊਂਡ ਦੇਖੀਏ, ਇਹ ਜਿਹੜਾ ਆਕਾਸ਼ਦੀਪ ਹੈ 26 ਸਾਲ ਦਾ ਹੈਗਾ, 10ਵੀਂ ਜਮਾਤ ਤੱਕ ਪੜ੍ਹਿਆ ਹੈ। ਅਤੇ ਜਿਹੜਾ ਦੂਸਰਾ ਹੈਗਾ ਉਹਦਾ ਭਰਾ, ਉਹਦਾ 28 ਸਾਲ ਦਾ, +2 ਨੋਨ ਮੈਡੀਕਲ ਨਾਲ ਉਹਨੇ ਉੱਥੇ ਤੱਕ ਹੀ ਪੜ੍ਹਾਈ ਕੀਤੀ ਹੈ। ਗੁਰਮੇਜ ਸਿੰਘ ਜਿਹੜਾ ਵਾਰਡਨ ਹੈ, 35 ਸਾਲ ਦਾ ਹੈ, ਭਰਤੀ ਦੀ ਮਿਤੀ 2018 ਦਾ ਭਰਤੀ ਹੈ, ਜੇਲ੍ਹ ਮਹਿਕਮੇ 'ਚ ਪੜ੍ਹਾਈ, +2 ਹੈ ਇਹਦੀ ਵੀ। ਸੋ ਇਹਦੇ 'ਚ ਜਿਹੜੀ ਬੜਾ ਅੱਛਾ ਕਾਮਯਾਬੀ ਮੈਨੂੰ ਮੰਨਦਾ ਕਿ ਵੱਡੀ ਇਹ ਬੈਕ ਟੂ ਬੈਕ ਰਿਕਵਰੀਜ਼ ਹੋਈਆਂ। ਇਹਦੇ ਜਿਹੜੀ ਮੇਨ ਹੁਣ ਅਸੀਂ ਗੱਲ ਦੇਖਣੀ ਹੈ ਕਿ ਇਹਦਾ ਜਿਹੜਾ ਇੰਟਰਨੈਸ਼ਨਲ ਪਾਕ ਸਮਗਲਰਸ ਦੇ ਨਾਲ ਜਿਹੜਾ ਕਨੈਕਸ਼ਨ ਹੈ ਉਹਨੂੰ ਬ੍ਰੇਕ ਕਰਨ ਦੀ ਜ਼ਰੂਰਤ ਹੈ। ਉਹਦੇ ਵਾਸਤੇ ਅਸੀਂ ਜਿਹੜਾ ਇਸ ਕ੍ਰਿਮੀਨਲ ਅਤੇ ਸਮਗਲਰ ਲਾਇਡ ਹੈ ਜੇਲ੍ਹ 'ਚ, ਉਹਨੂੰ ਅਸੀਂ ਪ੍ਰੋਡਕਸ਼ਨ ਬੰਡ 'ਤੇ ਲੈ ਕੇ ਆਵਾਂਗੇ। ਜਿਹੜਾ ਇਹਦੇ ਗੁਰਮੇਜ ਸਿੰਘ ਦੀ ਅਰੈਸਟ ਬਾਰੇ ਵੀ ਅਸੀਂ ਜੇਲ੍ਹ ਅਥਾਰਟੀਜ਼ ਨਾਲ ਸ਼ੇਅਰ ਕਰ ਰਹੇ ਹਾਂ, ਔਰ ਇਹਦੀ ਪੁੱਛਗਿੱਛ ਤੋਂ ਅੱਗੇ ਵੀ ਜਿਹੜੇ ਉੱਥੇ ਹੋਰ ਬਲੈਕ ਸ਼ੀਪ ਹੈ ਜਾਂ ਕਿਸ ਤਰ੍ਹਾਂ ਮਾਧਿਅਮ ਨਾਲ ਅੰਦਰ ਜਾਂਦਾ ਸੀ ਨਸ਼ਾ, ਉਹਦੇ 'ਤੇ ਵੀ ਕਾਫੀ ਚਾਨਣ ਆਏਗਾ, ਆਪਾਂ ਨੂੰ ਅੱਛੀ ਇਨਫੋਰਮੇਸ਼ਨ ਮਿਲੇਗੀ, ਉਹਨਾਂ ਨੂੰ ਅਸੀਂ ਫਰਦਰ ਲੈ ਕੇ ਜਾਵਾਂਗੇ।